ਫਤਿਹਗੜ੍ਹ ਚੂੜੀਆਂ ਦੇ ਵਾਰਡ ਨੰਬਰ 13 ਵਿੱਚ ਸਥਿਤ ਗੁਰਦੁਆਰਾ ਬੌਲੀ ਸਾਹਿਬ ਦੇ ਅੰਦਰ ਲੱਗੇ ਏਸੀ ਵਿੱਚ ਸ਼ਾਰਟ ਸਰਕਟ ਹੋਣ ਕਰਕੇ ਕੀਮਤੀ ਸਮਾਨ ਸੜ ਗਿਆ ਹੈ। ਹਾਲਾਂਕਿ ਇਸ ਅੱਗ ਲੱਗਣ ਦੇ ਕਰਕੇ ਕਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ ਅਤੇ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਟਕਾ ਸਾਹਿਬ, ਰੁਮਾਲੇ ਸਾਹਿਬ ਅਤੇ ਹੋਰ ਕੀਮਤੀ ਸਮਾਨ ਨੂੰ ਤੇਜ਼ੀ ਨਾਲ ਬਚਾ ਲਿਆ ਗਿਆ। ਗੁਰਦੁਆਰੇ ਦੇ ਪ੍ਰਧਾਨ ਅਮਰੀਕ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਏਸੀ ਦੀ ਸਰਵਿਸ ਥੋੜ੍ਹਾ ਚਿਰ ਪਹਿਲਾਂ ਹੀ ਕਰਵਾਈ ਸੀ, ਜਿਸ ਤੋਂ ਕੁਝ ਸਮੇਂ ਬਾਅਦ ਹੀ ਸ਼ਾਰਟ ਸਰਕਟ ਹੋਣ ਕਰਕੇ ਗੁਰਦੁਆਰਾ ਸਾਹਿਬ ਦੇ ਹਾਲ ਅੰਦਰ ਅੱਗ ਲੱਗ ਗਈ। ਉਹਨਾਂ ਕਿਹਾ ਕਿ ਗੁਰਦੁਆਰੇ ਦੇ ਨੇੜਿਓਂ ਲੰਘ ਰਹੇ ਲੋਕਾਂ ਦੁਆਰਾ ਜਦੋਂ ਗੁਰਦੁਆਰੇ ਵਿੱਚ ਧੂਆਂ ਨਿਕਲਦਾ ਹੋਇਆ ਦੇਖਿਆ ਤਾਂ ਉਹਨਾਂ ਵੱਲੋਂ ਤੁਰੰਤ ਆਸ ਪਾਸ ਦੇ ਲੋਕਾਂ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਸ਼ੀਸ਼ੇ ਤੋੜ ਕੇ ਅੰਦਰ ਦਾਖਲ ਹੋ ਕੇ ਅੱਗ ਤੇ ਕਾਬੂ ਪਾਇਆ ਅਤੇ ਉਸ ਤੋਂ ਬਾਅਦ ਹੋਰ ਸਮਾਨ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਉਧਰ ਇਸ ਮੌਕੇ ਘਟਨਾ ਤੋਂ ਬਾਅਦ ਥਾਣਾ ਫਤਿਹਗੜ੍ਹ ਚੂੜੀਆਂ ਦੇ ਐਸ ਐਚ ਸੁਖਵਿੰਦਰ ਸਿੰਘ ਵੀ ਮੌਕੇ ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਕਹਿਣੀ ਇੱਥੇ ਰੌਲਾ ਪੈਂਦਾ ਸੁਣ ਕੇ ਮੈਂ ਘਰ ਸੀ, ਉਸੇ ਟਾਈਮ ਭੱਜ ਗਏ ਜਦ ਵੇਖਿਆ ਗੁਰਦੁਆਰਾ ਸਾਹਿਬ ਦੇ ਅੰਦਰ ਇੰਨਾ ਕੁ ਧੂੰਆਂ ਵੀ ਅੰਦਰ ਨਹੀਂ ਕੋਈ ਦਾਖਲ ਹੋ ਸਕਦਾ। ਫਿਰ ਉਹ ਗਮਲੇ ਫੜ ਕੇ ਸ਼ੀਸ਼ੇ ਤੋੜੇ ਗਏ, ਸ਼ੀਸ਼ੇ ਤੋੜ ਕੇ ਫਿਰ ਪਹਿਲਾਂ ਸਭ ਤੋਂ ਮਹਾਰਾਜ ਦਾ ਸੁਖ ਆਸਣ ਜਿਹੜਾ ਔਰ ਬਾਹਰ ਲਿਆਂਦਾ ਗਿਆ। ਬਾਬੇ ਦੀ ਕਿਰਪਾ ਨਾਲ ਸਤਿਗੁਰੂ ਨੇ ਸੇਵਾ ਬਖਸ਼ੀ, ਤਿੰਨੇ ਸੁੱਖ ਆਸਣ ਬਾਹਰ ਦਾਸ ਨੇ ਲਿਆਉਂਦੇ। ਚਲੋ ਸਾਰਿਆਂ ਨੇ ਸੰਗਤ ਨਾਲ ਸਹਿਯੋਗ ਬਹੁਤ ਵੱਡੇ ਪੱਧਰ 'ਤੇ ਦਿੱਤਾ ਕਿ ਸੰਗਤ ਨੇ ਹੱਦੋਂ ਵੱਧ ਕੇ ਇੰਨਾ ਕੁ ਸਹਿਯੋਗ ਦਿੱਤਾ ਕੋਈ ਦੱਸ ਹੀ ਨਹੀਂ ਸਕਦਾ। ਗੁਰੂ ਘਰ ਦੀ ਇੰਨੀ ਜ਼ਿਆਦਾ ਬਹੁਤ ਜ਼ਿਆਦਾ ਸੇਵਾ ਮਿਲਕ ਮਿਲੀ। ਵਾਹਿਗੁਰੂ ਜੀ ਖਾਲਸਾ। ਵਾਰਡ ਨੰਬਰ 13 ਗੁਰਦੁਆਰਾ ਸਾਹਿਬ ਬੌਲੀ ਸਾਹਿਬ, ਇਹਦੀ ਮਤਲਬ ਸਰਵਿਸ ਦੀ ਕਰਾ ਰਹੇ ਹਾਂ। ਏਸੀ ਦੀ ਸਰਵਿਸ ਕਰਵਾ ਕੇ 3:15 'ਤੇ ਮੈਂ ਇੱਥੋਂ ਗਿਆ। ਮੈਂ ਅਮਰੀਕ ਸਿੰਘ ਪ੍ਰਧਾਨ ਹਾਂ ਜੀ, ਗੁਰਦੁਆਰਾ ਸਾਹਿਬ ਦਾ ਅਤੇ ਗਏ ਹਾਂ ਅਤੇ ਚੰਗਾ ਭਲਾ ਠੀਕ ਬਹੁਤ ਵਧੀਆ ਚੱਲ ਜਾਂਦਾ। ਮੈਂ ਚਲੋ ਚਲਾ ਕੇ ਵਿਖਾ ਗਏ ਨੇ, ਮੈਂ ਸੁੱਚ ਬੰਦ ਕਰਕੇ ਚਲ ਗਿਆ। ਬੱਤੀ ਘੜ ਮੁੜ ਬੰਦ ਹੁੰਦੀ ਸੀ, ਘੜ ਮੁੜ ਆਉਂਦੀ ਸੀ ਅਤੇ ਬੱਤੀ ਸ਼ਾਰਟ ਹੋ ਗਈ ਕਿਤੇ, ਇਸ ਕਾਰਨ ਨਾਲ ਅੱਗ ਲੱਗੀ ਆ। ਹੋਰ ਗੱਲ ਕੋਈ ਨਹੀਂ। ਨੁਕਸਾਨ ਸਾਡਾ ਹੋਇਆ ਜੀ, ਇਹ ਥੱਲੇ ਗੱਦੇ ਸੀ ਬਾਅਦ ਵਾਲੇ ਨਵੇਂ, ਕੱਲ੍ਹ ਹੀ ਬਣਾਏ ਬੀਬੀਆਂ ਨੇ ਪਜਾੜੇ ਨੂੰ, ਗੱਦੇ ਸਲੂਸ ਗਏ ਨੇ ਅਤੇ ਮਹਾਰਾਜਾ ਸਰੂਪ ਦਾ ਮਹਾਰਾਜ ਕਿਰਪਾ ਹੋ ਗਿਆ ਬਹੁਤ ਵਧੀਆ ਨੇ ਕੋਈ ਬਚਾਅ, ਬਿਲਕੁਲ ਸਹੀ ਹੋ ਸਮਾਨ ਇਹ ਸਾਡੇ ਗੱਦੇ ਗੁੱਦੇ ਸੜ ਗਏ ਨੇ, ਚਾਦਰਾਂ ਸੜ ਗਈਆਂ ਨੇ, ਇਹ ਕੁਝ ਹੈ। ਮੈਕ ਜਿਹੜੇ ਸੀ 4-5 ਮੈਕ 6 ਸੀ ਉਹ ਸੜ ਗਏ ਨੇ। ਅੱਜ ਮੈਨੂੰ ਵਾਰਡ ਨੰਬਰ 13 ਦੇ ਵਿੱਚੋਂ ਫੋਨ ਆਇਆ ਸੀ ਹੁਣੇ ਹੀ ਵੀ ਗੁਰਦੁਆਰਾ ਬੌਲੀ ਸਾਹਿਬ ਦੇ ਵਿੱਚ ਜਿਹੜੀ ਆ ਅਚਾਨਕ ਜਿਹੜੀ ਅੱਗ ਲੱਗ ਗਈ ਆ। ਜਿਹੜਾ ਮੈਂ ਮੌਕੇ ਉੱਤੇ ਆਇਆ ਹਾਂ, ਆ ਕੇ ਦੇਖਿਆ ਚਲੋ ਗੁਰੂ ਮਹਾਰਾਜ ਦੇ ਸਰੂਪ ਤੋਂ ਜਿਹੜੇ ਅਲੱਗ ਸੀਗੀ ਅਤੇ ਉੱਥੇ ਕੋਈ ਵੀ ਕੋਈ ਨੁਕਸਾਨ ਨਹੀਂ ਹੋਇਆ, ਪਰ ਜਿਹੜਾ ਇਹ ਸਰਕਟ ਸ਼ਾਰਟ ਹੋਣ ਕਰਕੇ ਏਸੀ ਸਰਵਿਸ ਕਰਾਉਣ ਕਰਕੇ ਜਿਹੜੀ ਅਚਾਨਕ ਜਿਹੜੀ ਅੱਗ ਲੱਗੀ ਆ, ਜਿਸ ਕਰਕੇ ਸਾਰੇ ਅੰਦਰ ਕਾਫੀ ਧੂੰਆਂ ਹੋਣ ਕਰਕੇ, ਪਰ ਕਿਸੇ ਵੀ ਜਿਹੜਾ ਚੀਜ਼ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ। ਪ੍ਰਧਾਨ ਅਮਰੀਕ ਸਿੰਘ ਜੀ ਨਾਲ ਵੀ ਗੱਲ ਕੀਤੀ ਗਈ ਆ, ਉਹ ਕਹਿੰਦੇ ਸਾਰਾ ਜਿਹੜਾ ਵਾਕਿਆ ਸਾਹਿਬੰਦ ਅਚਾਨਕ ਹੋਇਆ, ਇਹਦੇ 'ਚ ਕਿਸੇ ਦਾ ਕੋਈ ਵੀ ਕਸੂਰ ਨਹੀਂ ਆ। ਫਤਿਹਗੜ੍ਹ ਚੂੜੀਆਂ ਤੋਂ ਰਮੇਸ਼ ਸੋਨੀ ਦੀ ਰਿਪੋਰਟ, ਪੰਜਾਬ ਟੂਡੇ।